ਭੰਗੜਾ ਭੰਗੜਾ ਪੰਜਾਬ ਦੇ ਮਰਦਾਂ ਦਾ ਪ੍ਰਮੁੱਖ ਲੋਕ ਨਾਚ ਹੈ। ਪੁਰਾਤਨ ਪੰਜਾਬ ਵਿੱਚ ਇਸ ਦਾ ਕੋਈ ਸੰਪੂਰਨ ਰੂਪ ਨਹੀਂ ਮਿਲਦਾ। ਭੰਗੜੇ ਦੀ ਅਸਲ ਜਨਮ ਭੂਮੀ ਸਿਆਲਕੋਟ ਮੰਨੀ ਜਾਂਦੀ ਹੈ। ਭੰਗੜਾ ਸੱਚਮੁੱਚ ਸਾਰੀਆਂ ਜਾਤੀਆਂ, ਧਰਮਾਂ ਅਤੇ ਵਰਗਾਂ ਦਾ ਸਾਂਝਾ ਨਾਚ ਹੈ। ਇਸ ਲੋਕ ਨਾਚ ਵਿੱਚ ਜੋਸ਼, ਵੀਰਤਾ, ਅਲਬੇਲਾਪਨ ਸਮਾਇਆ ਹੁੰਦਾ ਹੈ। ਭੰਗੜੇ ਦੇ ਗੱਭਰੂ ਤਕੜੇ ਅਤੇ ਗੱਠੇ ਹੋਏ ਸਰੀਰ ਦਾ ਪ੍ਰਦਰਸ਼ਨ ਆਪਣੀਆਂ ਮੁਦਰਾਵਾਂ ਰਾਹੀਂ ਕਰਦੇ ਹਨ। ਸੱਭਿਆਚਾਰ ਦੇ ਬਦਲਣ ਨਾਲ ਇਸ ਨਾਚ ਨੇ ਆਪਣਾ ਰੂਪ ਵੀ ਨਿਖਾਰਿਆ ਹੈ। ਪੱਕੀਆਂ ਫਸਲਾਂ ਨੂੰ ਵੇਖ ਕੇ ਖੁਸ਼ੀ ਵਿੱਚ ਆਏ ਕਿਸਾਨ ਦੇ ਭਾਵਾਂ ਨਾਲ ਜੋੜ ਕੇ ਵੀ ਇਸ ਨੂੰ ਦੇਖਿਆ ਜਾਂਦਾ ਹੈ। ਇਸ ਕਾਰਨ ਇਸ ਨਾਚ ਦਾ ਵਿਸਾਖੀ ਦੇ ਮੌਕੇ ਨਾਲ ਸੰਬੰਧਿਤ ਹੋਣਾ ਹੈ। ਜਦੋਂ ਕਣਕਾਂ ਪੱਕ ਕੇ ਸੁਨਹਿਰੀ ਹੋ ਜਾਂਦੀਆਂ ਹਨ ਤਾਂ ਕਿਸਾਨ ਖੁਸ਼ੀ ਵਿੱਚ ਭੰਗੜੇ ਪਾਉਂਦਾ ਹੈ। ਇਹ ਨਾਚ ਕੇਵਲ ਵਿਸਾਖੀ ਤੱਕ ਹੀ ਸੀਮਿਤ ਨਾ ਰਹਿ ਕੇ ਹਰ ਖੁਸ਼ੀ ਦੇ ਮੌਕੇ ਦਾ ਨਾਚ ਬਣ ਗਿਆ ਹੈ। ਭੰਗੜਾ ਇੱਕ ਅਜਿਹਾ ਲੋਕ ਨਾਚ ਹੈ ਜੋ ਕਈ ਨਾਚਾਂ ਦਾ ਸੁਮੇਲ ਹੈ। ਲਓ ਪੇਸ਼ ਹੈ ਸ਼ਾਨੇ ਪੰਜਾਬ ਆਰਟਸ ਕਲੱਬ ਦੇ ਗੱਭਰੂਆਂ ਵੱਲੋਂ ਪੰਜਾਬ ਦਾ ਮਸ਼ਹੂਰ ਤੇ ਪ੍ਰਸਿੱਧ ਲੋਕ ਨਾਚ ਭੰਗੜਾ। ਭੰਗੜਾ ਸਾਰੀ ਦੁਨੀਆ ਵਿੱਚ ਨਾ ਰੰਗ ਲੱਭੇ ਪੰਜਾਬ ਦੀਆਂ
ਹੋ